ਧਰਤੀ ਦੇ ਰਹਿੰਦੇ ਆ, ਹਵਾ 'ਚ ਨਹੀਂ ਰਹਿੰਦੇ। ਲੋਕ ਬਹੁਤ ਔਖੇ ਆ, ਇਹਨਾਂ ਦੇ ਅਗੇਂਸਟ ਫਤਵਾ ਹੋਣਾ ਵਾ, ਇਹਨਾਂ ਦੀ ਡਿਵੈਲਪਮੈਂਟ ਸਾਰੀ ਦਾ ਪਤਾ ਲੱਗ ਜਾਣਾ। ਪ੍ਰਧਾਨ ਮੰਤਰੀ ਨੇ ਕੱਲ੍ਹ ਫਿਰ ਦੁਬਾਰਾ ਇੱਕ ਵਾਰੀ ਜੀ ਜਨਤਾ ਨੂੰ ਸੰਬੋਧਨ ਕੀਤਾ ਹੈ ਔਰ ਉਹਨਾਂ ਨੇ ਕਾਫੀ ਪਲਾਨ ਦੱਸੇ ਨੇ, ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਪ੍ਰਧਾਨ ਮੰਤਰੀ ਜੀ ਗੱਲਾਂ ਤਾਂ ਕਰਦੇ ਬਹੁਤ ਵਧੀਆ, ਬਹੁਤ ਅੱਛਾ ਬੋਲਦੇ ਆ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆ, ਲੋਕਾਂ ਨਾਲ ਬਹੁਤ ਵਾਅਦੇ ਉਹਨਾਂ ਨੇ ਕੀਤੇ ਸੀਗੇ, ਕਾਲਾ ਧਨ ਆਏਗਾ, 100 ਦਿਨ ਦੇ ਵਿੱਚ ਚੰਗੇ ਦਿਨ ਆਉਣਗੇ, 15-15 ਲੱਖ ਰੁਪਈਆ ਹਰ ਹਿੰਦੁਸਤਾਨੀ ਦੀ ਜੇਬ 'ਚ ਜਾਊਗਾ। ਇਹ ਗੱਲਾਂ ਬਹੁਤ ਸੁਣਨ ਨੂੰ ਚੰਗੀਆਂ ਲੱਗਦੀਆਂ ਸੀ, ਜਿਸ ਤਰ੍ਹਾਂ ਕੇਜਰੀਵਾਲ ਨੇ ਲੋਕਾਂ ਨੂੰ ਬੜੇ ਵਧੀਆ ਸੁਪਨੇ ਪੰਜਾਬੀਆਂ ਨੂੰ ਵਿਖਾਏ ਸੀ ਭਈ ਕਰਪਟ, ਕ੍ਰਿਮੀਨਲ, ਕਰੈਕਟਰਲੈਸ, ਲੈਂਡ ਗ੍ਰੈਬਰ, ਪੁਲਿਸ ਇਨਫਾਰਮਰ, ਇਹੋ ਜਿਹੇ ਬੰਦਿਆਂ ਨੂੰ ਕਿਸੇ ਨੂੰ ਟਿਕਟ ਨਹੀਂ ਮਿਲੂਗੀ, ਚੰਗੇ ਬੰਦਿਆਂ ਨੂੰ ਟਿਕਟਾਂ ਮਿਲਣਗੀਆਂ। ਗੱਲਾਂ ਬੜੀਆਂ ਵਧੀਆ ਸੀ, ਲਾਲ ਬੱਤੀ ਨਹੀਂ ਲਾਵਾਂਗਾ, ਹੁਣ ਜੈੱਡ ਸਿਕਿਉਰਿਟੀ ਲਈ ਫਿਰਦੇ ਆ, ਗਨਮੈਨ ਨਹੀਂ ਲਾਵਾਂਗਾ। ਇਹ ਜਦੋਂ ਡੁਪਲੀਕੇਟ ਗੱਲਾਂ ਬੰਦਾ ਕਰਦਾ ਨਾ, ਉਦੋਂ ਲੋਕਾਂ ਨੂੰ ਸ਼ੰਕਾ ਹੋ ਜਾਂਦਾ। ਪ੍ਰਧਾਨ ਮੰਤਰੀ ਜੀ ਨੇ ਹੁਣ ਵੀ ਕੱਲ੍ਹ ਵਾਲਾ ਭਾਸ਼ਣ ਵੀ ਬਹੁਤ ਵਧੀਆ ਸੀਗਾ, ਪਰ ਕੀ ਗਰੰਟੀ ਆ ਵੀ ਉਹ ਇੰਪਲੀਮੈਂਟ ਹੋਊਗਾ ਕਿ ਨਹੀਂ ਹੋਊਗਾ? ਇਹ ਗੱਲਾਂ ਪਹਿਲਾਂ ਕਿਉਂ ਨਹੀਂ ਕੀਤੀਆਂ? ਅੱਜ ਇਲੈਕਸ਼ਨ ਆ ਯੂਪੀ ਦੀ, ਅੱਜ ਇਲੈਕਸ਼ਨ ਆ ਪੰਜਾਬ ਦੀ, 5 ਸਟੇਟਾਂ ਦੀ ਇਲੈਕਸ਼ਨ ਆ। ਜੇ ਤਾਂ ਇਲੈਕਸ਼ਨਾਂ ਤੋਂ ਬਾਅਦ ਵੀ ਇੰਪਲੀਮੈਂਟ ਕਰ ਦੂ ਤਾਂ ਸ਼ਾਇਦ ਲੋਕ ਪਾਰਲੀਮੈਂਟ ਤੱਕ ਉੱਤੇ ਵਿਸ਼ਵਾਸ ਕਰ ਲੈਣ। ਨਹੀਂ ਤਾਂ ਪਿਛਲਾ ਪ੍ਰੀਵੀਅਸ ਰਿਕਾਰਡ ਤਾਂ ਇਹ ਦੱਸਦਾ ਵੀ ਜੋ ਕਹਿੰਦੇ ਉਹ ਕਰਦੇ ਨੇ। ਇੱਕ ਛੋਟਾ ਜਿਹਾ ਸਾਹਿਬ, ਜਿਹੜਾ ਆਮ ਆਦਮੀ ਪਾਰਟੀ 'ਤੇ ਜਿਹੜੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਟਿਕਟਾਂ ਜਿਹੜੀਆਂ ਨੇ ਪੈਸੇ ਲੈ ਕੇ ਦਿੱਤੀਆਂ, ਕਿਆ ਤੁਹਾਡੇ ਮੁਤਾਬਕ ਬਿਲਕੁਲ ਠੀਕ ਹੈ ਜੀ? ਬੇਟਾ ਮੈਂ ਜਦੋਂ ਕਹਿੰਦਾ ਸੀ ਨਾ, ਤਾਂ ਸ਼ਾਇਦ ਲੋਕ ਕਹਿੰਦੇ ਸੀ ਵੀ ਸਾਡਾ ਪਤਾ ਨਹੀਂ ਛੋਟੇਪੁਰ ਦੇ ਨਾਲ ਨਾਰਾਜ਼ਗੀ ਹੋ ਗਈ ਹੈ, ਤਾਂ ਛੋਟੇਪੁਰ ਨੇ ਕਿਹਾ। ਹੁਣ ਤਾਂ ਪੰਜਾਬ ਦਾ ਬੱਚਾ ਬੱਚਾ ਕਹਿਣ ਡਿਆ ਪਿਆ। ਹੁਣ ਤਾਂ ਉਹ ਜਿਹੜੀ ਇਹਨਾਂ ਨੇ ਐਗਜ਼ੈਕਟਿਵ ਦੀ ਮੈਂਬਰ ਬਣਾਈ ਸੀ ਜਾਮਨੀ ਗੋਮਰ, ਉਹ ਐਗਜ਼ੈਕਟਿਵ ਦੀ ਮੈਂਬਰ ਸੀ ਇਹਨਾਂ ਦੀ, ਉਹ ਕਹਿ ਰਹੀ ਹੈ। ਹੁਣ ਇਹਨਾਂ ਦੇ ਜਿਹੜੇ ਫਾਊਂਡਰ ਮੈਂਬਰ ਸੀ ਨਵੀਨ ਜੈਰਤ ਹੋਣੀ, ਉਹ ਕਹਿ ਰਹੇ ਨੇ। ਹੁਣ ਤਾਂ ਆਹ ਜਿਹੜਾ ਕੱਲ੍ਹ ਪਰਸੋਂ ਗਿਆ ਆਪਣਾ ਅਦਾਲਤੀ ਵਾਲ, ਉਹ ਕਹਿ ਰਿਹਾ, ਇੱਕ ਬੰਦਾ ਨਹੀਂ ਹੁਣ ਤਾਂ ਹਜ਼ਾਰਾਂ ਬੰਦੇ ਕਹਿ ਰਹੇ ਆ। ਤੁਹਾਨੂੰ ਲੱਗਦਾ ਕਿ ਇਹਨਾਂ ਦਾ ਕਿਸੇ ਪਾਰਟੀ ਦੇ ਨਾਲ ਅਲਾਈਅੰਸ ਨੂੰ ਲੱਗਦਾ ਵਾ ਹੋਵੇ? ਦੇਖੋ, ਮੈਨੂੰ ਤਾਂ ਜਾਪਦਾ ਵਾ ਵੀ ਜਿਸ ਤਰ੍ਹਾਂ ਦੇ ਉਹਨੇ ਕੈਂਡੀਡੇਟ ਦਿੱਤੇ ਆ ਨਾ, ਪੰਜਾਬ ਦੇ ਲੋਕ ਤਬਦੀਲੀ ਚਾਹੁੰਦੇ ਸੀ। ਇਹ ਕਹਿੰਦਾ ਸੀ ਤਬਦੀਲੀ ਵਾਸਤੇ ਚੰਗੇ ਬੰਦਿਆਂ ਨੂੰ ਟਿਕਟਾਂ ਦਿਆਂਗਾ, ਅਤੇ ਟਿਕਟਾਂ ਤਾਂ ਸਾਰੀਆਂ ਪੈਸੇ ਵਾਲੇ ਨੂੰ ਦਿੱਤੀਆਂ, ਜਿਹਨਾਂ ਕਦੀ ਧੁੱਪ ਸੇਕੀ ਨਹੀਂ, ਜਿਹੜੇ ਗਰੀਬ ਦੇ ਨਾਲ ਭੁੰਜੇ ਬਹਿ ਹੀ ਨਹੀਂ ਸਕਦੇ ਉਹਨਾਂ ਨੂੰ ਟਿਕਟਾਂ ਦਿੱਤੀਆਂ। ਅਤੇ ਮੈਨੂੰ ਤਾਂ ਇਹ ਜਾਪਦਾ ਵੀ ਕਾਂਗਰਸ ਵਾਲਿਆਂ ਨੇ ਅਤੇ ਅਕਾਲੀਆਂ ਨੇ ਮੈਨੇਜ ਕਰਕੇ ਟਿਕਟਾਂ ਲੱਦੀਆਂ ਨੇ। ਦੇਖੋ, ਇਹਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਬਾਦਲ ਨੇ, ਅਤੇ ਪੰਜਾਬ ਦੇ ਵਿੱਚ ਕਿਸਾਨ ਮਾਰਿਆ ਵਾ, ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦਾ ਵਲੰਟੀਅਰ ਮਾਰ ਦਿੱਤਾ ਵਾ, ਹਜ਼ਾਰਾਂ ਦੀ ਤਾਦਾਦ ਵਿੱਚ ਵਲੰਟੀਅਰ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ, ਤਾਂ ਉਹ ਡਿਪਰੈਸ਼ਨ ਦੀ ਦਵਾਈ ਖਾ ਰਿਹਾ। ਤੁਸੀਂ ਇਲੈਕਸ਼ਨ ਹੋ ਲੈਣ ਤਾਂ ਲੋਕਾਂ ਐਫੀਡੇਵਿਟ ਦੇਣੇ ਆ ਵੀ ਫਲਾਣੇ ਨੂੰ ਇੰਨਾ ਪੈਸੇ ਦਿੱਤੇ, ਫਲਾਣੇ ਨੂੰ ਇੰਨੇ ਪੈਸੇ ਦਿੱਤੇ।